Subscribe now and press the bell icon and never miss an update from Oops TV. ਜ਼ਿਆਦਾਤਰ ਸਿੰਗਰਸ ਐਸੇ ਹੁੰਦੇ ਨੇ ਜਿਨ੍ਹਾਂ ਨਾਲ ਮੈਂ ਇੰਟਰਵਿਊਜ਼ ਕੀਤੀਆਂ ਨੇ, ਹੁਣ ਤੱਕ ਬਹੁਤ ਸਾਰਿਆਂ ਨਾਲ ਹੀ ਕੀਤੀਆਂ ਮੈਂ। ਜ਼ਿਆਦਾਤਰ ਐਵਰੇਜ ਦੇ ਹਿਸਾਬ ਨਾਲ ਸਿੰਗਰਸ ਦੀ ਪੜ੍ਹਾਈ ਨਾਲ ਬਣਦੀ ਨਹੀਂ ਹੁੰਦੀ ਬਹੁਤੀ। ਨਹੀਂ ਮੈਂ ਤੁਹਾਨੂੰ ਦੱਸਿਆ ਕਿ ਗੁਰੂ ਦੀ ਕਿੰਨੀ ਬਣੀ ਪੜ੍ਹਾਈ ਨਾਲ, ਮੈਂ MBA ਕੀਤੀ ਆ। ਵੈਰੀ ਗੁੱਡ। ਆਈ ਥਿੰਕ ਮੇਰੀ ਪੜ੍ਹਾਈ ਨੇ ਮੈਨੂੰ ਇੱਕ ਡਿਫਰੈਂਟ ਆਰਟਿਸਟ ਬਣਾਇਆ। ਮੈਂ ਜਿਹੜੀ ਪੜ੍ਹਾਈ ਕੀਤੀ ਆ, ਮੈਂ ਉਹ ਪੜ੍ਹਾਈ ਦੇ ਦੌਰਾਨ ਅਮੈਰੀਕਾ ਟਰੈਵਲ ਕੀਤਾ। ਮੈਂ ਯੂਨੀਵਰਸਿਟੀ ਆਫ ਵਰਜੀਨੀਆ ਡਾਰਡਨ ਸਕੂਲ 'ਚ ਜਾ ਕੇ ਪੜ੍ਹਿਆ, ਮੈਂ ਲੰਡਨ ਜਾ ਕੇ ਰਿਹਾ ਥੋੜ੍ਹਾ ਟਾਈਮ। ਆਈ ਥਿੰਕ ਪੜ੍ਹਾਈ ਨੇ ਮੈਨੂੰ ਇੱਕ ਪੜ੍ਹਿਆ ਲਿਖਿਆ ਆਰਟਿਸਟ, ਇੱਕ ਸਮਝਦਾਰ ਆਰਟਿਸਟ ਬਣਾਇਆ ਕਿ ਇੱਕ ਪੜ੍ਹਾਈ, ਕਿਉਂਕਿ ਪੜ੍ਹਾਈ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਨਾ। ਹੁਣ ਜੇ ਕੱਲ੍ਹ ਨੂੰ ਮੇਰਾ ਗਾਣਾ ਲੰਡਨ ਚੱਲ ਰਿਹਾ, ਅਮੈਰੀਕਾ ਚੱਲ ਰਿਹਾ, ਕੋਈ ਗੋਰਾ ਸੁਣ ਰਿਹਾ ਵਾ, ਅਗਲਾ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਵਾ, ਅਤੇ ਜੇ ਮੈਨੂੰ ਗੱਲ ਹੀ ਨਾ ਕਰਨੀ ਆਈ ਤਾਂ ਉਹਦੇ ਵਾਸਤੇ ਮੈਂ ਨਹੀਂ ਆਰਟਿਸਟ। ਇੱਕ ਆਰਟਿਸਟ ਉਹ ਆ ਜਿਹੜਾ ਕਨਵੇ ਕਰੇ ਆਪਣੇ ਆਪ ਨੂੰ। ਅਤੇ ਆਈ ਥਿੰਕ ਪੜ੍ਹਾਈ, ਮੈਂ ਉਹੀ ਕਿਹਾ ਤੁਹਾਨੂੰ, ਮੈਂ ਦੋ ਤਿੰਨ ਕੰਮ ਕੀਤੇ ਜ਼ਿੰਦਗੀ 'ਚ, ਪੜ੍ਹਿਆ ਵਾਂ ਉਹ ਵੀ ਮਨ ਲਾ ਕੇ, ਮੈਂ ਟੋਪਰ ਵੀ ਹਾਂ ਆਪਣੇ ਕਾਲਜ ਦਾ, ਫਸਟ ਸੈਕਿੰਡ ਆਉਂਦਾ ਰਿਹਾ, ਕਿਉਂਕਿ ਪੁੱਠੇ ਕੰਮਾਂ 'ਚ ਮੈਂ ਕਦੀ ਨਹੀਂ ਪਿਆ। ਨਾ ਮੈਂ ਕਦੀ ਕਿਸੇ ਨਾਲ ਲੜਿਆ ਅੱਜ ਤੱਕ, ਨਾ ਮੈਂ ਕਦੀ ਕਿਸੇ ਨਾਲ ਜ਼ਿਆਦਾ ਉਹ ਹੋਇਆ। ਮੇਰੇ ਦੋ ਤਿੰਨ ਦੋਸਤ ਨੇ ਉਹੀ ਸ਼ੁਰੂ ਤੋਂ ਨੇ, ਨਾ ਮੈਂ ਨਵੇਂ ਦੋਸਤ ਬਣਾਉਂਦਾ, ਕਿਉਂਕਿ ਮੈਨੂੰ ਹੁੰਦਾ ਕਿ ਹੁਣ ਤਾਂ ਚਲੋ ਵੈਸੇ ਸਾਰੇ ਕਹਿੰਦੇ ਭਾਜੀ ਸਾਡੇ ਦੋਸਤ ਨੇ, ਹਨਾ, ਉਹ ਫੀਲ ਨਹੀਂ ਆ। ਜਿਹੜੇ ਪੁਰਾਣੇ ਨੇ ਉਹ ਉਹਨਾਂ ਦੀ ਅੱਡ ਫੀਲ। ਫਿਲਹਾਲ ਲਈ ਬਸ ਇੰਨਾ ਹੀ। ਇਸ ਤਰ੍ਹਾਂ ਦੀਆਂ ਲੇਟੈਸਟ ਅਪਡੇਟਸ ਦੇ ਲਈ ਕੀਪ ਵਾਚਿੰਗ ਓਪਸ ਟੀਵੀ।